ਸਭ ਤੋਂ ਪੁਰਾਣੀ ਕਬਰ ਕਿਹਾ ਗਿਆ 1937 ਹੈ, ਉਸ ਤੋਂ ਇਲਾਵਾ 1966 ਹੈ। ਕਦੀਮ ਕਬਰਸਤਾਨ ਹੈ ਫਿਰ, ਕਦੀਮ ਕਦੀਮ ਕਿਹਾ ਗਿਆ ਇਹ ਜਿਹੜੀ ਕਬਰ ਹੈ ਨਾ। ਜੀ ਬਿਸਮਿਲ੍ਲਾਹਿ ਰਹਿਮਾਨਿ ਰਹੀਮ। ਇਬਤਦਾ ਜੀ ਉਸਾਤ ਨੇ ਨਾ ਸੀ ਜਿਹੜਾ ਕਦੇ ਵੀ ਤਨਹਾ ਨਾ ਛੋੜਿਆ, ਸਜੇ ਇਨਸਾਨ ਕੀ ਉਮੀਦ ਹੈ ਸਾਰੇ ਭੈਣ ਭਰਾ ਠੀਕ ਠਾਕ ਹੋ ਸੋ, ਅੱਲਾਹ ਤਾਲਾ ਨੇ ਫਜ਼ਲ ਕਰਮ ਨਾਲ ਖੁਸ਼ ਪਾਸ਼ ਹੋ ਸੋ, ਅੱਲਾਹ ਤਾਲਾ ਨੇ ਤਰਖੋਸ਼ ਨਾਲ ਯਾਰਾ ਜ਼ਮਾਇਸ਼ ਉੱਪਰ ਸਬਰ ਕਰਨੇ ਹੋ ਸੋ, ਔਰ ਖੁਸ਼ੀ ਪਰ ਉਸ ਰੱਬ ਨਾਲ ਸ਼ੁਕਰ ਅਦਾ ਕਰਨੇ ਹੋ। ਖੂਬਸੂਰਤ ਜਿਹਾ ਦਿਨ ਹੈ, ਬਲਕਿ ਦੁਪਹਿਰ ਵੀ ਹੋ ਚੁੱਕੀ ਹੈ, ਇਸ ਵੇਲੇ ਤਕਰੀਬਨ ਟਾਈਮ ਹੋ ਗਿਆ 4 ਵਜੇ ਨਾ, ਵਲੋਗ ਫਟਾਫਟ ਸਟਾਰਟ ਕਰਨਾ ਹੈ ਔਰ ਜੁਲਾਂ ਆ ਗਿਆ ਕੀ ਆ ਕਿ ਅੱਜ ਨੇ ਵੀਡੀਓ ਬੜੀ ਸਪੈਸ਼ਲ ਹੋ ਸੀ। ਅੱਜ ਨੇ ਵੀਡੀਓ ਜਿਸ ਤਰ੍ਹਾਂ ਫੋਨ ਕਿੰਦਾ ਸਾ, ਲੇਕਿਨ ਅੱਜ ਅਸਾਂ ਉਸਕੀ ਵੇਚਣਾ ਆ, ਬਸ ਕੋਈ ਵਜ੍ਹਾ ਐਸੀ ਹੈ ਕਿ ਅਸਾਂ ਉਸਕੀ ਵੇਚਣਾ ਹੀ ਵੇਚਣਾ ਆ। ਸੋ ਹੁਣ ਡਡਿਆਲ ਜੁਲਾਂ ਆ, ਹੁਣ ਤੱਕ ਨੇ ਅਸਾਂ ਆਉਣਾ ਫੋਨ ਉਹ ਕੋਈ ਕਿੰਨਾ ਨਹੀਂ ਕਿੰਨਾ ਜਾਂ ਜੋ ਵੀ ਮਾਮਲਾਤ ਹੋਣੇ ਅਸਾਂ ਕੀ ਫਾਇਦਾ ਹੋਣਾ ਜਾਂ ਨੁਕਸਾਨ ਹੋਣਾ। ਸੋ ਇਸ ਤਰ੍ਹਾਂ ਸਾ ਮਾੜਾ ਵੇਟ ਕਰਨੇ ਵੀ ਡਡਿਆਲ ਫਟਾਫਟ ਜੁਲੇ ਹਾਂ, ਜ਼ਿਆਦਾ ਟਾਈਮ ਨਾ ਲਾਣੇ, ਕਿਉਂਕਿ ਕਿਆ ਪਤਾ ਸਾਡਾ ਫੋਨ ਵਿਕਣਾ ਵਿਕਣਾ ਕਿੰਨਾ ਟਾਈਮ ਲੱਗ ਸੀ ਆ। ਸੋ ਸਿੱਧਾ ਜੁਸਾਂ ਇਸ ਤਰ੍ਹਾਂ ਸਾ ਵੀ ਕਿੰਨੇ ਤਾਂ ਤੁਸਾਂ ਭੈਣਾਂ ਭਰਾ ਜਿਹੜੀ ਡਡਿਆਲ ਮਿਲੇ ਹਾਂ ਭਰਾ। ਸਾਰਿਆਂ ਤੋਂ ਪਹਿਲਾਂ ਇੱਕ ਸ਼ੋਪ ਹੈ, ਇਹਨਾਂ ਨਾਂ ਆ ਸੁਹੇਲ KPK, ਕਿਆ ਨਾਂ ਆ ਪੂਰਾ ਜੀ, ਸੁਹੇਲ KPK ਫੋਨ ਸਿਟੀ। ਸੋ ਇੱਥੇ ਜੁਲੇ ਹਾਂ, ਪਹਿਲੇ ਇੱਥੇ ਮੋਬਾਈਲ ਦੇਣੇ ਆ। ਸੋ ਭੈਣਾਂ ਦੇ ਭਰਾਓ, ਇਹ ਫੋਨ ਆ ਜਿਹੜਾ ਅਸਾਂ ਸੇਲ ਕਰਨਾ ਆ, ਚੱਲਿਆ ਵਾ ਹਾਲੀ 15 ਦਿਹਾੜੇ ਵੀਵੋ ਦਿਨ। ਵੈਸੇ ਤੁਸੀਂ ਇੱਕ ਅੱਧ ਪ੍ਰਮੋਸ਼ਨ ਪਹਿਲੇ ਇੱਧਰ ਲਈ ਉੜੋ, ਕਹਿੰਦਾ ਕੋਈ ਭੈਣਾਂ ਭਰਾ ਜੋ ਚਾਹੀਦਾ ਆ। ਚਲੋ ਕੋਈ ਮਸਲਾ ਲੈ ਰਿਹਾ ਕਿ ਮੇਨ ਚੀਜ਼ ਜਿਹੜੀ ਤੁਹਾਨੂੰ ਦੱਸਣਾ ਚਾਹੁੰਦੇ ਕਿ ਨਵਾਂ ਹੀ ਕਿਲੋ ਦਾ ਮੂੜੀ ਵੇਚੋ ਸੀ ਵੀ ਤਾਂ ਕਿੰਨਾ ਡਿਫਰੈਂਸ ਆਉਂਦਾ। ਬਿਲਕੁਲ ਐਸਾ ਹੀ ਹੈ। ਸੋ 35 ਨਾ ਅਸਾਂ ਕਿੰਦਾ ਸਾ, ਇਹ ਇਸ ਦੀਆਂ ਸਾਰੇ ਫੀਚਰਸ ਹਨ। 4128 15 ਦਿਨ ਚਲਾਉਣੇ ਤੋਂ ਬਾਅਦ ਹੁਣ ਤੱਕ ਨੇ ਕਿਤਨਾ ਵਿਕਣਾ ਆ, ਘਾਟਾ ਕਿਤਨਾ ਪੈਣਾ ਹੋਣਾ ਸਹੀ। ਇਹ ਤਾਂ ਪੇਸੀ ਕਨਵਰ ਮੈਂ ਇਹ ਗੱਲ ਰੀਸੈਟ ਮਾਰੀ ਰਿਓ। ਹਾਂ ਰੀਸੈਟ ਮਾਰੀ। ਚਲੋ ਜੀ ਹੁਣ ਡੀਲ ਕਰਨੇ ਆ। ਪਹਿਲਾ ਤਜਰਬਾ ਸੁਣਾ ਨਾਕਾਮ ਹੋ ਗਿਆ। ਬਿਲਕੁਲ ਅਸਾਂ ਨੇ ਕੋਸ਼ਿਸ਼ ਸੀ ਕਿ ਜਾਂ ਤਾਂ ਵਾਰੇ ਜੇ ਅੱਛਾ ਨਹੀਂ ਰਿਹਾ ਕਿ ਚਲੋ ਕਮ ਅਸ ਕਮ ਉਸੇ ਕਿਉਂ ਤਾਂ ਵਿਕੀ ਜਾਏ, ਲੇਕਿਨ ਕਾਫੀ ਜ਼ਿਆਦਾ ਜਿਹੜਾ ਨਾ ਤਕਰੀਬਨ 11,000 ਨਾਲ ਫਰਕ ਰੱਖਣਾ ਪਿਆ। ਬਿਲਕੁਲ ਫਿਰ ਇਤਨਾ ਜ਼ਿਆਦਾ ਹੁਣ ਅੱਗੇ ਜੁਲੇ ਆ, ਕੁਛ ਹੋਰ ਦੁਕਾਨਾਂ ਪਰ ਉੱਥੇ ਪਤਾ ਕਰਦਾ ਨਹੀਂ ਹੋਰ ਕਿਹੜਾ ਕੋਈ ਅੱਛਾ ਰੇਟ ਦੀ ਜਾਣ ਨੂੰ। ਦੂਆ ਜਿਹੜਾ ਸਾਡਾ ਇਹ ਦੁਕਾਨ ਸੀ ਉਹ ਵੀ ਨਾਕਾਮ ਹੋ ਗਈ ਹੈ, ਹੁਣ ਜੁਲੇ ਹਾਂ ਅਗਲਾ ਥਰਡ। ਚੀਜ਼ ਵੇਚ ਰਹੇ ਹਾਂ ਬਹੁਤ ਮਹਿੰਗੀ ਹੈ, ਜਿਹੜੀ ਉਹਨਾਂ ਕੀ ਦਿਓ ਨਾ ਸਸਤੀ ਹੋਈ। ਬਿਲਕੁਲ ਸਸਤੀ ਖਤਮ ਹੋਈ। ਹੁਣ ਜੁਲੇ ਹਾਂ ਅਸਾਂ ਜਿੱਥੋਂ ਕਿੰਦਾ ਸਾ ਆਖਰਕਾਰ, ਉੱਥੇ ਹੀ ਤੱਕਣੇ, ਉੱਥੇ ਕਿਉਂ ਆਉਣਾ ਆ। ਮੋਸਟ ਫੇਵਰੇਟ ਸਾਡੀ ਤਾਂ ਜਿੱਥੇ ਅਸਾਂ ਜ਼ਿਆਦਾ ਅਸ਼ਨੇ ਵੀ ਹਾਂ। ਬਿਲਕੁਲ ਹੈ। ਸੋ ਇੱਥੇ ਨਾ ਉਮੀਦ ਹੀ ਨਹੀਂ ਹੋਣਗੇ, ਹੁਣ ਜੁਲੇ ਹਾਂ ਤੱਕਣੇ ਆ, ਕਿੱਥੇ ਕਿਆ ਬਣਨਾ ਆ। ਥੈਂਕ ਯੂ ਸੋ ਮਚ। ਸੋ ਭੈਣਾਂ ਭਰਾ ਫੋਨ ਵੇਚੀ ਉੜਿਆ, 5 ਨਹੀਂ ਕਿਤੇ ਹੋਈ ਹੈ। ਫਾਈਨਲੀ ਫੋਨ ਵਿਕੀ ਗਿਆ ਜੀ, ਕਿਤਨੇ ਜੇ ਉਤਨੇ ਜੇ ਉਤਨੇ ਜੇ ਗਿਆ। ਠੀਕ ਹੈ, ਮਸਲਾ ਵੀ ਨਹੀਂ ਹੈ ਨਾ, ਫਿਰ ਦੇ ਤੋ ਪੂਰਾ ਕੋਈ ਇਤਰਾਜ਼ ਨਹੀਂ। ਹੈਂਡ ਫ੍ਰੀ ਫ੍ਰੀ ਦੇ ਦੋ, ਕੌਣ ਸੀ ਇਸਕੇ ਲਈ? ਟਾਈਪ ਸੀ ਦੇ ਦੋ, ਟਾਈਪ ਸੀ ਇਸ ਕੀ ਇੱਕ ਜੀ ਵਾਲੀ ਹੋਗੀ ਸਭ ਸੇ ਚੈਨ ਕੀ। ਇਹ ਤਕਰੀਬਨ ਵੈਸੇ ਤੋ ਇਹ ਸੈਮਸੰਗ ਵਾਲਾ ਕਿ ਇਸਮਾਲ ਤੋ 1200 ਰੁਪਏ ਕਮ ਸੇ ਕਮ, ਆਪ ਕੀ ਜੋ ਹੋ ਜਾਏਗਾ ਤਕਰੀਬਨ 700 ਰੁਪਏ। 700 ਬੜੀ ਤਾਂ ਨਹੀਂ ਇਹ ਲੁੱਕ, ਇਹ ਇਸ ਕੋ ਦੂਸਰੇ ਲਗेंगे ਨਾ ਟਾਈਪ ਸੀ ਵਾਲੇ। ਠੀਕ ਹੈ, ਇਹ ਕੇਜੀ ਵਾਲੀ ਸਭ ਤੋਂ ਬੈਸਟ ਹੈ। ਫਾਈਨਲੀ ਸਾਡਾ ਪ੍ਰੋਸੈਸ ਕਾਮਯਾਬ ਹੋ ਹੀ ਗਿਆ ਆ, ਫੋਨ ਅਸਾਂ ਦੇ ਹੀ ਉੜਿਆ ਆ। ਤੇ ਇਹ ਹੈ ਕਿ ਅਸਾਂ ਕਿੰਦਾ ਇੱਥੋਂ ਸਾਂ, ਅਸਾਂ ਕੀ ਪਤਾ ਸਾਂ ਸੇਲ ਵੀ ਹੋਈ ਜਾਂ ਸੀ ਥੋੜ੍ਹੀ ਦੇਰ, ਲੇਕਿਨ ਅਸਾਂ ਇੱਕ
ਪ੍ਰੈਕਟੀਕਲ ਵੀ ਕਰਨਾ ਚਾਹੁੰਦੇ ਸੀ ਨਾਲ ਨਾਲ ਫਿਰ ਬਾਕੀ ਆਇਆ ਸ਼ੋਪ ਸੇ ਲੈਣਾ ਕਿਆ ਬੰਦੇ ਆ ਰਹੇ ਬਿਲਕੁਲ ਦੇਖਿਆ ਕਿ ਅਸਾਂ ਤੱਕ ਨਹੀਂ ਸਾ ਕਿ ਉਹ ਫੋਨ ਹੈ ਕਿ ਤੱਕੀ ਉਸਨੇ ਅੰਦਰ ਜਿਹੜੇ ਫੀਚਰਸ ਆਉਣ ਜਾਂ ਉਸਨੇ ਜਿਹੜੀ ਆਹੀ ਉਸਨੇ ਫੋਨ ਬਚਿਆ ਕਿਤਨਾ ਹੈ ਉਹ ਤੱਕੀ ਦਾ ਫੋਨ ਕਿੰਨੇ ਹਨ ਜਾਂ ਹਾਲੀ ਇਸ ਬੇਸਬ ਕਿੰਨੇ ਹਨ ਕਿ ਫੋਨ ਖੁੱਲਿਆ ਵਾ ਯਾਨੀ ਕਿ ਦਵਾ ਚੱਲਿਆ ਵਾ ਬਿਲਕੁਲ ਸੋ ਉਸ ਅੰਦਾਜ਼ਾ ਲਿਆ ਕਿ ਹਾਲੀ ਸੌਂ ਕਰੇ ਬਾਈ ਉਹ ਨਾ ਕਿ ਇਹ ਡੱਬਾ ਪੈਕ ਨਹੀਂ ਆ ਇਹ ਇੱਕ ਦਿਨ ਹੀ ਚੱਲਿਆ ਵਾ ਹਾਲੀ ਤਾਂ ਹੀ ਉਸਨੇ ਕੀਮਤ 8-10 ਹਜ਼ਾਰ ਰੁਪਇਆ ਘਟੀ ਜਾਣੀ ਲੇਕਿਨ ਇਹਨਾਂ ਕੋਲ ਅਸਾਂ ਜਿਸ ਲਈ ਵੀ ਕੋਈ ਵੀ ਚੀਜ਼ ਖੜੀ ਹੈ ਤਾਂ ਹਮੇਸ਼ਾ ਗਰੰਟੀ ਵੀ ਦੇਣੀ ਅਸਾਂ ਕਿ 10 ਦਿਹਾੜੇ 15 ਦਿਹਾੜੇ ਤੋਂ ਯੂਜ਼ ਕਰੋ ਬਿਲਕੁਲ ਕੋਈ ਨਹੀਂ ਮਸਲਾ ਜਿਹੜਾ ਵਾਪਸ ਆਇਆ ਉਸਨੂੰ ਰਿਟਰਨ ਕਰੀ ਹੋ ਗਿਆ ਬਿਲਕੁਲ ਅਸਾਂ ਤੁਸੀਂ ਰਗਾ ਯਾਨੀ ਅਸਾਂ ਨਹੀਂ ਇਹ ਸ਼ੋਪ ਹੈ ਅਗਰ ਤੁਸੀਂ ਚਾਹੋ ਸਾਡਾ ਬਹੁਤ ਵੀ ਤਾਂ ਤੁਹਾਨੂੰ ਇਨਸ਼ਾਅੱਲਾ ਬੜਾ ਪੱਕਾ ਡਿਸਕਾਊਂਟ ਵੀ ਹੋ ਸੀ ਯਾਨੀ ਸ਼ੁਜਾ ਹੋਟਲ ਨਾਲ ਇਕਰਾਮ ਮੋਬਾਈਲ ਬਿਲਕੁਲ ਮਾਲਕ ਲਾਦਾ ਇਕਰਾਮ ਮੋਬਾਈਲ ਸ਼ੋਪ ਬਿਲਕੁਲ ਸੋ ਇਹ ਮਾਮਲਾ ਤਾਂ ਇਹ ਹੁਣ ਨੈਕਸਟ ਤੱਕਣੇ ਆ ਗਿਆ ਹੁਣ ਕੁਦਰ ਹੀ ਉੱਲਿਆ ਜਾਏ ਸ਼ੋਰ ਸ਼ਰਾਬੇ ਚੋਂ ਨਿਕਲੇ ਹਾਂ ਅਸਾਂ ਹੈ ਹੁਣ ਕਿ ਪੁਰਸਕੂਨ ਜਗ੍ਹਾ ਕੋਸਾ ਜੁਲਿਆ ਜਾਏ ਤਾਂ ਜਿੱਥੇ ਆਏ ਹਾਂ ਮਾਸ਼ਾਅੱਲਾ ਕਾਫੀ ਸਕੂਨ ਹੈ ਇਸਨੇ ਇੱਕ ਤਾਂ ਇਹ ਪਰਿੰਦਿਆਂ ਨੇ ਛੋਟੀ ਛੋਟੀ ਮਿੱਠੀ ਮਿੱਠੀ ਆਵਾਜ਼ ਹੀ ਸੋ ਅਸਾਂ ਇਹ ਡੇਮੇ ਲੈ ਰਹੀ ਜਾਂ ਲੇਕਿਨ ਅੱਜ ਇਹ ਹੈ ਕਿ ਤੱਕਣੇ ਹੁਣ ਅੱਗੇ ਡੇਮੇ ਵਾਲੀ ਸਾਈਡ ਜੁਲਿਆ ਜਾਏ ਜਾਂ ਨਹੀਂ ਲੇਕਿਨ ਵਕਤੀ ਅਸਾਂ ਆਬਾਦੀ ਨੇ ਕਰੀਬ ਹੀ ਹਾਂ ਮੁਹੱਲੇ ਵਿੱਚ ਹੀ ਹਾਂ ਔਰ ਸ਼ੋਰ ਸ਼ਰਾਬੇ ਨੇ ਗੱਲ ਕੀਤੀ ਆ ਤਾਂ ਕਿ ਅਸਾਂ ਵੈਸੇ ਵੀ ਸ਼ਾਮੀ ਥੋੜ੍ਹਾ ਸਕੂਨ ਚਾਹੀਦਾ ਹੋਣਾ ਆ ਕਿ ਅੱਗੇ ਅਸਾਂ ਸਵੇਰੇ ਤੋਂ ਕੋਈ ਨਹੀਂ ਤਾਂ 2 ਵਜੇ ਜੀਓ ਜਿਹੜਾ ਹੋਣੇ ਹਨ ਇਹ ਜਿਹੜੇ ਇਹ ਦਿਨ ਆਈ ਗਏ ਨਾ ਸਾਡੇ ਯਕੀਨ ਮੰਨੋ ਕਿ ਇਹ ਸਿਚੁਏਸ਼ਨ ਹੈ ਕਿ ਸੁਸਤੀ ਮਤਲਬ ਗਰਮੀ ਸ਼ੁਰੂ ਹੋਈ ਕਿ ਨਾ ਗਰਮੀਆਂ ਵਿੱਚ ਦਿਹਾੜੀ ਨੇ ਟਾਈਮ ਸੁਸਤੀ ਆ ਜਾਣੀ ਹੈ ਤਾਂ ਫਿਰ ਦਿਨ ਕਿ ਰੈਸਟ ਨਾ ਕਰੋ ਤਾਂ ਫਿਰ ਤਾਂ ਬਣੂ ਅਜ਼ਾਬ ਬਣ ਜਾਣਾ ਆ ਬਿਲਕੁਲ ਐਸਾ ਹੀ ਹੈ ਸੋ ਸਕੂਨ ਵਾਲੀ ਜਗ੍ਹਾ ਪਰ ਅਸਾਂ ਆਏ ਕਿ ਦਾਦਾ ਇੱਕ ਇੱਥੇ ਆਏ ਹਾਂ ਤਾਂ ਚਲੋ ਇਹ ਵੀ ਅੱਛੀ ਗੱਲ ਹੋਈ ਹੈ ਕਿਉਂਕਿ ਇਹ ਜਗ੍ਹਾ ਜਿਹੜੀ ਅਸਾਂ ਹਮੇਸ਼ਾ ਤੋਂ ਕਿਧਰੋਂ ਉਪਰੋਂ ਦੱਸੀ ਹੈ ਬਿਲਕੁਲ ਅੱਜ ਅਸਾਂ ਇਸ ਮੰਗਲਾ ਡੈਮ ਨੇ ਕਰੀਬ ਹੀ ਇੱਕ ਖੂਬਸੂਰਤ ਜੀ ਮਸਜਿਦ ਹੈ ਕਾਫੀ ਪੁਰਾਣੀ ਜਿਹੜਾ ਪਾਣੀ ਇਸ ਨਾਲ ਬੁਲਾਈ ਡੁੱਬੀ ਵੀ ਹੋਣੀ ਹੈ ਤਾਂ ਅੱਜ ਅਸਾਂ ਆਏ ਗਿਆ ਦੱਸਾਂ ਹੈ ਕਿ ਇਹ ਮਸਜਿਦ ਜਿਹੜੀ ਆ ਤੁਸੀਂ ਕਰੀਬ ਤੋਂ ਦੱਸੀ ਜਾਏ ਸੋ ਮਾਸ਼ਾਅੱਲਾ ਇਹ ਖੂਬਸੂਰਤ ਜੀ ਪੁਰਾਣੇ ਕਦੀਮ ਦੌਰ ਨੀ ਮਸਜਿਦ ਦੀ ਬੰਦ ਲਾਇਆ ਵਾ ਨਹੀਂ ਇਹ ਜਿਹੜੀ ਦੀਵਾਰ ਹੀ ਨਾ ਇਹ ਮੈਨੂੰ ਲੱਗਣਾ ਕਿ ਕੋਈ ਨਵੀਂ ਤਾਮੀਰ ਹੋਈ ਆ ਕਹਿ ਵਜਾ ਉਸ ਲੈ ਪਾਣੀ ਅੰਦਰ ਆਇਆ ਸਾ ਕਾਫੀ ਪ੍ਰੋਟੈਕਸ਼ਨ ਕਰੀ ਉੜਿਆ ਹੁਣ ਉਮੀਦ ਹੈ ਕਿ ਅਗਲੀ ਦਫਾ ਜਿਹੜਾ ਪਾਣੀ ਐਸੀ ਹੈ ਤੇ ਉਹਦਾ ਇਸ ਮਸਜਿਦ ਦੇ ਅੰਦਰ ਬੜੇ ਕਦੀਮ ਮਸਜਿਦ ਵੀ ਆ ਔਰ ਕਬਰਾਂ ਵੀ ਇੱਥੇ 1980 ਬਲਕਿ ਉਹ ਕਬਰ ਨੇ ਹਜ਼ਰਤ ਵਫਾਤ ਹੀ ਉਹਨਾਂ ਦੀ ਤਾਰੀਖ ਵਫਾਤ 29 ਜਨਵਰੀ 1901 ਸਭ ਤੋਂ ਪੁਰਾਣੀ ਕਬਰ ਕਿਹਾ ਗਿਆ 1937 ਹੈ ਉਸ ਤੋਂ ਇਲਾਵਾ 1966 ਹੈ ਕਦੀਮ ਕਬਰਸਤਾਨ ਹੈ ਕਦੀਮ ਕਿਹਾ ਗਿਆ ਇਹ ਜਿਹੜੀ ਕਬਰ ਹੈ ਨਾ ਇੱਕ ਸਦੀ ਗੁਜ਼ਰੀ ਚੁੱਕੀ ਹੈ ਇਸ ਕਬਰ ਹਾਂ 1901 ਤੱਕ ਹੈ 2001 ਤੱਕ ਹੁਣ 2000 ਕਿਤਨਾ ਹੋ ਗਿਆ 24 ਦੋਈ ਸਦੀ ਹੈ ਲੇਕਿਨ ਇਹ ਕਬਰ ਤੋਂ ਕਹੋ ਕਿ ਅਜਾ ਜੀਆਂ ਠੀਕ ਹੈ ਭੱਜੀ ਤਰੁੱਟੀ ਕੋਣੀ ਕੁਝ ਭੱਜੀਆਂ ਤਰੁੱਟੀਆਂ ਵੀ ਹੋਈਆਂ ਹਨ ਲੇਕਿਨ ਮੈਂ ਵੀ ਹੋ ਸਕਣਾ ਇੱਕ ਹੋਰ ਵੀ ਕਦੀਮ ਹੈ ਲੇਕਿਨ ਇੱਥੋਂ ਅਸੀਂ ਜਿਹੜਾ ਨਜ਼ਰ ਰੱਖਣਾ ਪਿਆ ਇੱਕ ਹੋਰ ਚੀਜ਼ ਵੀਰ ਭਾਈ ਮੈਂ ਪੜ੍ਹਨਾ ਪਿਆ ਸਾਂ ਇਤਫਾਕ ਨਾਲ ਕਬਰਸਤਾਨ ਕੀ ਤੱਕਿਆ ਜਾਂ ਤਾਂ ਬਰਾਬਰ ਆਈ ਗਈ ਹੈ ਕਿ ਆਨੇ ਕਿ ਜਿਸ ਲਈ ਤੁਸੀਂ ਕਿਸੇ ਨੇ ਮੌਤ ਦੀ ਖਬਰ ਸੁਣੋ ਅਸਾਂ ਮੋਸਟਲੀ ਖਬਰ ਸੁਣੀ ਤਾਂ ਇਨਾ ਲਿਲਾਹਿ ਵਾ ਇਨਾ ਇਲੈਹਿ ਰਾਜੀਉਨ ਆਖਨੇ ਆ ਲੇਕਿਨ ਆਨੇ ਉਸਨੇ ਨਾਲ ਤੁਸਾਂ ਜਿਹੜਾ ਨਾ ਜਗ੍ਹਾ ਵੀ ਕੋਈ ਮਰਿਆ ਹੋਣਾ ਨਾ ਉਸ
ਤੇ ਮਫਰਤ ਨਹੀਂ ਦਵਾ ਵੀ ਨਾਲ ਕਰੇ, ਬਿਲਕੁਲ ਉਹ ਜ਼ਰੂਰੀ ਹੈ। ਸ਼ਾਇਦ ਲਈ ਗੱਲ ਹੈ ਕਿ ਹੋਈ ਸਕਣਾ ਕੁੱਸਾ ਨੇ ਮੂੰਹ ਚੋਂ ਨਿਕਲੀ ਵੀ ਉਸਨੇ ਆਖ ਵਿੱਚ ਕਬੂਲ ਹੋਈ ਜਾਂ ਉਹ ਬਖਸ਼ਣ ਚ, ਬਿਲਕੁਲ ਐਸਾ ਹੀ। ਛੋਟੀਆਂ ਛੋਟੀਆਂ ਚੀਜ਼ਾਂ ਹੀ ਆ ਜਿਹੜੀਆਂ ਅਸੀਂ ਨਾਰਮਲੀ ਕਰੀ ਸਕਦੇ ਹਾਂ, ਇਹਨਾਂ ਵਿੱਚ ਕੋਈ ਮਸਲਾ ਨਹੀਂ ਹੋਣਾ ਹੈ। ਸੋ ਇਹ ਮਾਸ਼ਾਅੱਲਾ ਪੁਰਾਣੀ ਮਸਜਿਦ ਹੈ, ਲੇਕਿਨ ਹੈ ਕਿ ਆਬਾਦ ਹੈ, ਅਸਾਂ ਇੱਥੋਂ ਦਿਸਣਾ ਵੀ ਹੈ ਕਿ ਅੰਦਰ ਕਾਲੀਨ ਵਗੈਰਾ ਡੜੇ ਪਏ ਹਨ। ਬਿਲਕੁ�ਲ ਬਿਲਕੁਲ, ਅੱਛਾ ਰਸਤਾ ਉੱਧਰ ਵੀ ਹੈ ਤੱਕ ਨਾ ਰਸਤਾ ਹੈ ਨਾ, ਉਹ ਵਾਲਾ ਰਸਤਾ ਹੈ ਅੱਗੇ ਆਇਆ ਕਿ ਉਸ ਵਾਲੀ ਜਗ੍ਹਾ ਵੀ ਮੌਜੂਦ ਹੈ। ਸੋ ਅੰਦਰ ਦਰੀਆਂ ਸ਼ਰੀਆਂ ਮਿੱਟੀਆਂ ਹੋਈਆਂ, ਸੋ ਮਾਸ਼ਾਅੱਲਾ ਇਹ ਹੈ ਕਿ ਮਸਜਿਦ ਨੰਬਰ ਘਰ ਬਣਾਉਣਾ ਮੁਸ਼ਕਲ ਕੋਈ ਨਹੀਂ ਹੈ, ਲੇਕਿਨ ਉਸਕੀ ਆਬਾਦ ਕਰਨਾ ਬੜਾ ਮੁਸ਼ਕਲ ਕੰਮ ਹੈ। ਸੋ ਇਹ ਪੁਰਾਣੇ ਦੌਰ ਵਿੱਚ ਬੜੇ ਬਜ਼ੁਰਗ ਆਖਣੇ ਵੀ ਹੋਣੇ ਸਨ ਕਿ ਇੱਕ ਟਾਈਮ ਐਸੀ ਕਿਆਮਤ ਨੇ ਕਰੀਬ ਨਾ ਟਾਈਮ ਐਸੀ ਹੈ ਕਿ ਜਗ੍ਹਾ ਜਗ੍ਹਾ ਮਸਜਿਦਾਂ ਸਨ, ਲੇਕਿਨ ਆਬਾਦ ਕਰਨੇ ਵਾਲੇ ਬੰਦੇ ਨਹੀਂ ਹੋਣਗੇ। ਸੋ ਬਿਲਕੁਲ ਉਹ ਵਕਤ ਆਈ ਵੀ ਗਿਆ ਆ ਕਿ ਮਸਜਿਦਾਂ ਤਾਂ ਜਗ੍ਹਾ ਜਗ੍ਹਾ ਹੀ ਆ, ਲੇਕਿਨ ਆਬਾਦ ਕਰਨੇ ਵਾਲਾ ਉਹਨਾਂ ਕੀ ਕੋਈ ਨਹੀਂ ਹੈ। ਚਲੋ ਅੱਲਾਹ ਤਾਲਾ ਨੇ ਜ਼ਾਤ ਰਹਿਮ ਕਰਿਆ, ਹੁਣ ਜੁਲੇ ਆ ਗਿਆ, ਹੁਣ ਕੋਈ ਹੋਰ ਏਰੀਆ ਤੱਕ ਨਹੀਂ ਆ ਜਿੱਥੇ ਕੋਈ ਥੋੜ੍ਹਾ ਹੋਰ ਸਕੂਨ। ਅੱਜ ਸਾਨੂੰ ਵੈਸੇ ਦਿਲ ਕੀਤਾ ਆ ਕਿ ਕੀਆਂ ਨਾ ਤੁਸੀਂ ਚੰਦ ਉਹ ਚੀਜ਼ਾਂ ਦੱਸੀਆਂ ਜਾਣ ਜਿਹੜੀਆਂ ਕੁਛ ਟਾਈਮ ਬਿਲਕੁਲ ਪਾਣੀਆਂ ਡੁੱਬੀ ਗਿਆ ਸੀ। ਮਤਲਬ ਇੱਕ ਤਾਂ ਚਲੋ ਦਰਖਤ ਤਾਂ ਬੇਸ਼ੁਮਾਰ ਹੋਣੇ, ਲੇਕਿਨ ਕੁਝ ਐਸੀਆਂ ਬਿਲਡਿੰਗਾਂ ਸੀਗੀਆਂ ਸਪੈਸ਼ਲੀ ਜਿਹੜਾ ਜਿਹਨੂੰ ਪਾਣੀ ਚੜਿਆ ਉਸਨੇ ਕਾਫੀ ਜ਼ਿਆਦਾ, ਉਹ ਮਤਲਬ ਕਾਫੀ ਜ਼ਿਆਦਾ ਕਿਆ ਉਹ ਸਾਰੀਆਂ ਤਕਰੀਬਨ ਪਾਣੀਆਂ ਡੁੱਬੀ ਚੁੱਕੀਆਂ। ਬਿਲਕੁਲ ਐਸਾ ਹੀ ਹੈ। ਤਾਂ ਇੱਕ ਸਾਡੇ ਬਿਲਕੁਲ ਲਾਈਕ ਬਿਲਡਿੰਗ ਹੈ ਡੇਰਾ ਆ ਇੱਕ ਨਾ। ਜਜ਼ਾਕਲਾ ਸਰ, ਥੈਂਕ ਯੂ। ਇਹ ਬੇਸਿਕਲੀ ਇੱਕ ਮਾਲ ਡੰਗਰ ਇਹਨਾਂ ਰੱਖੇ ਹੋਏ ਹਨ, ਘੋੜੀਆਂ ਛੋੜੀਆਂ ਰੱਖੀਆਂ ਉਹਨੇ ਡੇਰਾ ਆ। ਸੋ ਇਹ ਅਸੀਂ ਨਵੀਂ ਦੀਵਾਰ ਦਿਸਣੀ ਵੀ ਹੋ ਸੀ, ਇਹ ਪਾਣੀਆਂ ਜਲਾਇਆ ਸੋਲੇ ਸਾਰਾ ਏਰੀਆ ਡੁੱਬੀ ਗਿਆ ਸਾ। ਬਲਕਿ ਅਸਾਂ ਸ਼ੁਰੂ ਸ਼ੁਰੂ ਜਿਸ਼ਨੇ ਹੁਣ ਅਸੀਂ ਇੱਥੇ ਜੀ ਆਵੇ ਤਾਂ ਆਖਰ ਟਾਈਮ ਇਸ਼ਾਕਾ ਇੱਥੇ ਜੀ ਅਸਾਂ ਕੋਲ ਉੱਛਣ ਹੋਇਆ ਸੀ ਥੋੜ੍ਹੇ ਜਿਹੇ ਪਿੱਛਾ ਪਾਰ ਜਿਹੜੀ ਉਹ ਜਿਹੜੀ ਚੜਾਈ ਹੈ ਨਾ ਉੱਥੇ, ਬਾਕੀ ਸਾਰਾ ਇਹ ਪਾਣੀ ਪਾਣੀ ਸਾ ਉਸ ਵੇਲੇ। ਘੋੜੀ ਵਾਕਈ ਮਾਸ਼ਾਅੱਲਾ ਪਾਪੇਰਾਂ ਚੰਗੀ ਰੱਖੀ ਹੋਈ ਹੈ, ਜ਼ਬਰਦਸਤ ਹੈ ਨਾ। ਅਸੀਂ ਹੁਣ ਡੇਮਣ ਵਾਲਾ ਪਾਣੀ ਲੈਣਾ ਨਾ ਉਹਦਾ, ਫਿਰ ਡੇਰੇ ਸ਼ੇਰੇ ਵਾਲਾ ਬਾਅਦ ਹੋ ਜਾਣੇ ਆ। ਸੋ ਜ਼ਿੰਦਗੀ ਵਾਪਸ ਆਈ ਗਿਆ, ਲੇਕਿਨ ਜ਼ਿੰਦਗੀ ਤਾਂ ਵਾਪਸ ਆਏਗੀ, ਲੇਕਿਨ ਪਾਣੀ ਹੀ ਮੁੰਨਾ ਪਿਆ। ਫਿਰ ਮੁੜੀ ਦਾ ਹਿਸਾਬ ਹੈ, ਹੁਣ ਡੇਮ ਦੇ ਕਿਨਾਰੇ ਜਿਹੜੇ ਬੱਸਣੇ ਉਹਨਾਂ ਨੇ ਜ਼ਿੰਦਗੀ ਆਈ ਹੈ, ਮਤਲਬ ਪਾਣੀ ਚੜ ਸੀ ਉਹਨਾਂ ਦੀ ਛੁੜਨੀ ਪਈ ਸੀ ਜਗ੍ਹਾ, ਤਾਂ ਪਾਣੀ ਲੈ ਸੀ ਤਾਂ ਮੁੜੀ ਦਾ ਫਿਰ ਬਿਲਕੁਲ ਐਸਾ ਹੀ। ਸੋ ਉਹ ਸਾਰਾ ਏਰੀਆ ਅਗਰ ਡੁੱਬਿਆ ਹੋਣਾ, ਹੁਣ ਜੁਲੇ ਹਾਂ ਆਏ ਵੇ ਹਾਂ, ਅਤੇ ਜਿਹੜਾ ਕਬਰਸਤਾਨ ਆ ਉੱਥੇ ਵੀ ਜੁਲੇ ਹਾਂ। ਚਲੋ ਦੁਆ ਮੰਗੀ ਜੁਲੇ ਹਾਂ ਇੱਥੇ ਵੀ ਨਾਲ ਤੁਸਾਂ ਕੀ ਵੀ ਦੱਸਣੇ ਆ। ਉਸ ਤੋਂ ਬਾਅਦ ਅਸਾਂ ਹੁਣ ਕਬਰਸਤਾਨ ਵਾਲੀ ਸਾਈਡ ਲੱਗੇ ਜੁਲਾਇਆ, ਇੱਥੇ ਵੀ ਤੱਕਣੇ ਆ ਕਬਰਾਂ ਕਿਤਨੀਆਂ ਅਰਸਾ ਪੁਰਾਣੀਆਂ ਹੀ ਆ। ਸੋ ਭੈਣਾਂ ਭਰਾ ਚੋਂ ਕੁਛ ਜਾਣੀ ਆ ਬਾਬਾ ਜੀ ਦਾਦੀਆਂ ਹੋ ਸਨ, ਕਿਉਂਕਿ ਕਰੀਬ ਆਬਾਦੀ ਆ ਕਾਫੀ, ਕਦਰੇ ਹਾਲਤ ਬਿਹਤਰ ਹੈ। 2006 ਇਹਨਾਂ ਮਤਲਬ ਆ ਕਿ ਜਿਹੜਾ ਪਾਣੀ ਹੈ ਨਾ, 1700 ਵੀ ਲੋਕ ਇਸ ਏਰੀਏ 'ਚ ਦਫਨ ਕਰਨੇ ਰਹੇ ਹਨ। ਬਿਲਕੁਲ ਪਾਣੀ ਅਸਲੀ 'ਚ ਜੁਨੂੰ ਜਿਹੜਾ ਨਾ 1242 ਉਹਨੇ ਪੂਰਾ ਕੀਤਾ ਨਾ, 1979 ਬਾਕੀ ਓਵਰਆਲ ਜਿਹੜਾ ਨਾ ਉਹ 1973। ਸੋ ਇਹ ਜਿਹੜਾ ਸਟਰਕਚਰ ਆ ਇਹ ਜਿਹੜਾ ਨਵੀਆਂ ਹੀ ਲੱਗਣੀਆਂ ਨੇ, ਇਹ ਜਿਹੜਾ ਸਟਰਕਚਰ ਆ ਨਾ ਇਹ ਪੁਰਾਣੀਆਂ ਕਬਰਾਂ ਆ, ਔਰ ਕਮੋ ਬੇਸ਼ 1961 ਜਾਂ 91 ਲਿਖਿਆ ਵਾ। ਇਹ ਵੀ ਕਬਰ ਹੈ ਜਿਸ ਨਾਲ ਕੋਈ ਹਾਂ ਸਟਰਕਚਰ ਨਹੀਂ ਹੈ, ਇਸ ਨਾਲ ਲਿਖਿਆ ਵਾ ਇੱਕ ਪਾਣੀ। ਸੋ ਇਹ ਕੁਝ ਜਿਹੜੀਆਂ ਇੱਟਾਂ ਸੋ ਸਜਿਆ ਖੱਬਾ ਪਈਆਂ ਹੋਈਆਂ ਤੱਕਣੀਆਂ, ਜਿਹੜਾ ਪਾਣੀ ਇਸ ਨਾਲ ਕਬਰਾਂ ਉੱਪਰ ਇੱਟਾਂ ਲਈ ਜਾਣੀਆਂ ਆ। ਇਹ ਵੀ ਹੁਣ ਕਬਰ ਹੈ, ਉਹ ਵੀ ਕਬਰ ਹੈ, ਇਹ ਸਾਰੀਆਂ ਕਬਰਾਂ ਹੀ। ਕੁਝ ਜਗ੍ਹਾ ਤਾਂ ਨਿਸ਼ਾਨ ਹੀ ਕੋਣੀ ਨਾ, ਲੇਕਿਨ ਇਹ ਕਿ ਹੁਣ ਇਹ ਹੈ ਕਿ ਬਿਲਕੁਲ ਆਹੀ ਨਾ ਕੋਈ, ਸ਼ਾਇਦ ਕੋਈ ਛੋਟੇ ਬੱਚੇ ਨਹੀਂ ਕਬਰ ਹੈ ਜਾਂ ਕਹਿ ਕੋਈ ਹੈ ਕਬਰ, ਇਹ ਵੀ ਹੈ। ਇਹ ਸਾਰੀਆਂ ਜਿਹੜਾ ਪਾਣੀ ਇਸਣਾ ਆ ਉਹਦਾ ਫਿਰ ਇਹਨਾਂ ਨਾਲ ਸਾਰਾ ਸਟਰਕਚਰ ਜਿਸ ਤਰ੍ਹਾਂ ਇੱਕ ਨਮੂਨਾ ਹੋਣਾ ਕਬਰ ਨਾਲ, ਉਹ ਅੱਗੇ ਵਿਛਾਈ ਜਾਣਾ ਆ। ਓਕੇ ਜੀ, ਇਹ ਵੀ ਕਿਸੇ ਲੇਡੀ, ਬਿਲਕੁਲ ਨਾ ਵੀ ਜ਼ੇਵਰ ਨਿਸ਼ਾਨ, ਲੇਕਿਨ ਇਹ ਹਜ਼ਰਤ ਇਸ ਕਬਰਾਣੀ ਦੇ ਤੱਕੋ ਨਾ, ਇਹ ਵੀ ਕੋਈ ਲੇਡੀ ਹੈ ਮਾਸ਼ਾਅੱਲਾ।
ਇਹ ਵੈਸੇ ਵੀ ਤਾਂ ਇਹ ਤਾਂ ਸਾਡਾ ਡੜਿਆਲ ਹੈ ਨਾ, ਲੇਕਿਨ ਅਗਰ ਤੁਸੀਂ ਤਾਰੀਖ ਪੜ੍ਹੋ ਨਾ ਬਿਲਖਸੂਸ ਜਿਹੜੇ ਲੋਕ ਆਉਣੇ ਸਨ ਹੜੱਪਾ ਮੰਜਦੜ ਵਾਲੀ ਸਾਈਡ, ਉਹ ਆਉਣੇ ਬੜੇ ਕਦਾਵਰ ਆਉਣੇ ਸਨ। ਸੋ ਇੱਕ ਪੁਰਾਣੇ ਦੌਰ ਨੇ ਬੰਦੇ ਵੈਸੇ ਵੀ ਜਿਹੜਾ ਨਹੀਂ ਸਿਹਤਮੰਦ ਔਰ ਕੱਦ ਵਿੱਚ ਕਾਫੀ ਉਹਨਾਂ ਨੇ ਕੱਦ ਹੋਣਾ ਸੀ। ਸੋ ਇਹ ਹੈ ਕਿ ਦੁਆ ਕਰਨੇ ਆ ਜੀ ਕਿ ਜਿਹੜੇ ਸਾਰੇ ਲੋਕ ਹਨ ਅੱਲਾਹ ਤਾਲਾ ਇਹਨਾਂ ਨੇ ਮਗਫਰਤ ਫਰਮਾਏ, ਔਰ ਬੇਸਿਕਲੀ ਜਿਹੜੇ ਸਾਰੇ ਬੰਦੇ ਹਨ ਜਿਹੜੇ ਇੱਥੇ ਰਹਿਣੇ ਹੋਣੇ ਸਨ, ਪੂਰੀ ਇੱਕ ਆਬਾਦੀ ਸੀ ਜਾਂ ਜਿਹਨਾਂ ਨੇ ਵੀ ਬਹੁਤ ਇਜਾਦ ਉਹਨਾਂ ਬਿਲਕੁਲ ਮੰਗਲਾ ਡੇਵਣ ਬਾਰੇ ਜਿਹੜੀ ਕੁਰਬਾਨੀ ਦਿੱਤੀ ਹੈ, ਅੱਲਾਹ ਤਾਲਾ ਇਸ ਕੁਰਬਾਨੀ ਕੀ ਕਬੂਲ ਫਰਮਾਉਣ, ਸਾਰਿਆਂ ਕੀ ਇਸਨਾਂ ਸਿਲਾ ਵੀ ਦੇਣ। ਜ਼ਿਲ੍ਹਾ ਮਿਰਪੁਰ ਨੇ ਲੋਕਾਂ ਇਸਨੇ ਵਿੱਚ ਕੋਈ ਸ਼ੱਕ ਨਹੀਂ ਹੈ, ਬਹੁਤ ਜ਼ਿਆਦਾ ਬਹੁਤ ਬੜੀਆਂ ਕੁਰਬਾਨੀਆਂ ਦਿੱਤੀਆਂ। ਬਿਲਕੁਲ ਐਸਾ ਹੀ ਹੈ, ਅਸਾਂ ਅਕਸਰ ਪਹਿਲੇ ਵੀ ਕਾਫੀ ਵੀਡੀਓ ਵਿੱਚ ਜ਼ਿਕਰ ਵੀ ਕੀਤਾ ਹੈ ਇਸ ਬਾਰੇ ਵਿੱਚ ਕਿ ਇਹ ਬਣਾਉਣਾ ਬਹੁਤ ਆਸਾਨ ਹੈ ਅਸਾਂ ਜਿਹੜੇ ਲੋਕਾਂ ਵਾਸਤੇ, ਜਿਹੜੇ ਅਸਾਂ ਸਾਈਡ ਏਰੀਏ ਦੂਰ ਰਹਿੰਦੇ ਹਾਂ ਜਾਂ ਕਈ ਅਸੀਂ ਭੈਣਾਂ ਭਰਾ ਤੱਕਣੇ ਵਾਲੇ ਜਿਹੜੇ ਇਸ ਚੀਜ਼ ਤੋਂ ਅਗਾਹ ਨਹੀਂ ਹੋਣ ਲੱਗੇ ਜਾਂ ਉਹਨਾਂ ਕੀ ਦਰਦ ਨਾ ਹੋ ਸੀ ਇਸ ਏਰੀਏ ਨਾਲ, ਇਸ ਨਾ ਕਿ ਆਪਣੇ ਆਬੋ ਅਜਦਾਦ ਦੀਆਂ ਜਿਹੜੀਆਂ ਕਬਰਾਂ ਹੀ ਆ ਜਿਹੜਾ ਪਾਣੀਆਂ ਨਹੀਂ ਨਜ਼ਰ ਹੋਈ ਜਾਣੀਆਂ ਜਾਂ ਆਪੋ ਜਿੱਥੇ ਤੁਸੀਂ ਬਚਪਨ ਗੁਜ਼ਾਰਿਆ ਹੋਇਆ ਉਹ ਜਗ੍ਹਾ ਫਿਰ ਤੁਸੀਂ ਮੁੜੀ ਤੈਅ ਛੋੜਨੇ ਹੋ, ਬੇਸ਼ੱਕ ਤੁਸੀਂ ਕੋਈ ਮੁਆਵਜ਼ਾ ਲੱਭਾ ਜੋ ਮਰਜ਼ੀ ਹੈ, ਪੈਸੇ ਪੈਸਾ ਮਾਨਾ ਨਹੀਂ ਰੱਖਣਾ, ਮੇਨ ਚੀਜ਼ ਹੋਣੀ ਇਨਸਾਨ ਨੇ ਜਿਹੜੀ ਲਗਾਓ ਆਹੀ ਸਕਦੇ ਹੋ ਜਾਂ ਫਿਰ ਆਹੀ ਸਕਦੇ ਹੋ ਕਿ ਹਿਰਸ ਜਿਸ ਕੀ ਆਖਦੇ ਨੇ, ਬਿਲਕੁਲ ਉਹ ਚੀਜ਼ ਹੋਣੀ ਹੈ। ਸੋ ਤੁਸੀਂ ਹਾਲੀ ਚੀਜ਼ ਆਈ ਤਾਂ ਕਹੋਗੇ ਜ਼ਬਰਦਸਤੀ, ਜਾਂ ਕਿ ਉਸ ਵੇਲੇ ਜ਼ਾਰੀ ਕੇ ਲਈ ਮਜਬੂਰਨ ਛੋੜਨਾ ਹੀ ਪਿਆ ਸਾ। ਅੱਜ ਦੇ ਦੌਰ ਵਿੱਚ ਇੱਕ ਚੀਜ਼ ਹੈ ਜਿਹੜੀ ਅਸਾਂ ਨੇ ਆਹੋ ਕਿ ਹਰ ਬੰਦੇ ਦੀ ਖੁਆਇਸ਼ ਹੋਣੀ ਹੈ ਕਿ ਮੈਂ ਬੈਰੂਨੇ ਮੁਲਕ ਜਾਵਾਂ, ਯਾਨੀ ਆਪਣੀ ਮਰਜ਼ੀ ਨਾਲ ਹਰ ਬੰਦਾ ਜਾਣਾ ਹੈ, ਲੇਕਿਨ ਤਾਂ ਵੀ ਤੁਹਾਨੂੰ ਦੇਖੋ ਕਿ ਜਿਹੜਾ ਬੰਦਾ ਆਪਣਾ ਕਾਰੋਬਾਰ ਛੋੜਨਾ ਹੈ, ਆਪਣੇ ਪਿਆਰੀਆਂ ਕੀ ਛੋੜਨਾ ਹੈ, ਤਾਂ ਬੰਦਾ ਜਨਾਬ ਰੋਣਾ ਉੱਥੇ ਜਾਈ ਤਾਂ ਬੰਦੇ ਨਹੀਂ ਬਸ ਜਾਂ ਦਿਲ ਕਰਨਾ ਕਿ ਵਾਪਸ ਹੀ ਜਾਵਾਂ, ਔਰ ਜਿਹੜੇ ਪਰਦੇਸ ਹੀ ਜਾਣ ਉਹ ਸਾਰੀ ਗੱਲ ਆਪਣੀਆਂ ਕੀ ਇੱਥੇ ਬੜਾ ਯਾਦ ਕਰਨੇ, ਹਾਲਾਂਕਿ ਗਿਆ ਵਾ ਹਰ ਬੰਦਾ ਇੱਕ ਆਪਣੀ ਮਰਜ਼ੀ ਨਾਲ ਲਿਆਉਣਾ, ਮਜਬੂਰੀ ਹੋਣੀ ਹੈ ਰੁਜ਼ਗਾਰ ਨੇ, ਲੇਕਿਨ ਯਾਨੀ ਤੁਸੀਂ ਕਿ ਕੋਈ ਬਿਲਕੁਲ ਆਹੋ ਕਿ ਜ਼ਿਆਦਾ ਨਹੀਂ ਆਉਣਾ ਜੀ, ਕਿਸੇ ਜਾਣਾ ਹੀ ਜਾਣਾ ਹੈ, ਸੋ ਮਰਜ਼ੀ ਨਾਲ ਜਾਣੇ ਹੋ। ਸੋ ਮਰਜ਼ੀ ਨਾਲ ਅਗਰ ਜਾਓ ਪਿਆਰਿਆਂ ਕੀ ਛੋੜੀ ਤੈ ਤਾਂ ਵੀ ਦੁੱਖ ਹੈ, ਤਾਂ ਲੀਲਾ 'ਚ ਬੰਦੇ ਕੀ ਛੋੜਨਾ ਹੀ ਪੀ ਜਾਏ ਕੁਸਾ ਨੇ ਆਉਣੇ, ਪਰ ਬੇਸ਼ੱਕ ਉਸ ਮੁਆਵਜ਼ਾ ਵੀ ਕਿੰਨਾ ਹੋਇਆ, ਲੇਕਿਨ ਇਹ ਉਹ ਬੰਦੇ ਹੀ ਦਰਦ ਮਹਿਸੂਸ ਕਰੀ ਸਕਦੇ। ਇਹ ਗੱਲ ਹੈ, ਬਾਕੀ ਹੁਣ ਜਿਸ ਜਗ੍ਹਾ ਸਾਨੂੰ ਮੌਜੂਦ ਆ ਕਿ ਭੈਣਾਂ ਭਰਾ ਕੀ ਇੱਥੋਂ ਵਿਊ ਵੀ ਚੈੱਕ ਕਰਵਾਉਣਾ, ਤਾਂ ਇੱਕ ਗੈਰ ਮੁਨਾਸਬ ਜੀ ਗੱਲ ਸੀ ਕਿ ਮਾਸ਼ਾਅੱਲਾ ਸਾਹਮਣੇ ਸਾਡੇ ਇਹ ਡੜਿਆਲ ਪੂਰਾ ਮੇਨ ਡੜਿਆਲ, ਔਰ ਇਹ ਤੂੜ ਤੂੜ ਸਹੀ ਤਾਂ ਦਿਸਣੀਆਂ ਕਿਉਂ ਕਿ ਇਹ ਕਣਕਾਂ ਦਾ ਸੀਜ਼ਨ ਹੈ ਨਾ, ਧੂਆਂ ਲਗਾਵਾ ਇਹ। ਅੱਛਾ, ਇਹ ਉਹ ਤਾਂ ਕੋਈ ਸਾਹਮਣੇ ਪਾਰ ਹੋ ਜਿਹੜੇ ਪੱਠੇ ਨਾ ਉਸ ਨਾਲ ਨਾਲ, ਵੈਸੇ ਕਣਕਾਂ ਦੀ ਤੂੜ ਇਹ ਹੈ ਕਿ ਪਹਿਲੇ ਬਾਰਿਸ਼ ਹੋਣੀ ਹੈ, ਲੇਕਿਨ ਜਦੋਂ ਸਹੀ ਕਣਕਾਂ ਲੋਕ ਗਈ ਰਹੇ ਉਸ ਤੋਂ ਬਾਅਦ ਬਾਰਿਸ਼ ਜੇ ਨਹੀਂ ਹੋਈ ਜਿਹੜਾ ਹੋਈ ਨਾ ਫਿਰ ਸਾਰੀ ਤੂੜ ਬੇਸੀ ਹੈ। ਬਿਲਕੁਲ ਬਿਲਕੁਲ, ਇਹ ਸਾਹਮਣੇ ਮੋੜਾ ਕਨਿਆਲ, ਮਾਸ਼ਾਅੱਲਾ ਹੁਣ ਸਾਰਾ ਏਰੀਆ ਕਲੀਅਰ ਹੋ ਗਿਆ। ਇਸ ਏਰੀਏ 'ਚ ਜਾਏ ਆ ਕੇ ਪਾਣੀ ਨਹੀਂ ਆਇਆ, ਉਸ ਦੂਈ ਸਾਈਡ ਅਸਾਂ ਤੱਕਿਆ ਕਿ ਪਾਣੀ ਬੱਲੇ ਬੱਲੇ ਉੱਪਰ ਆ ਹੀ ਰਿਹਾ, ਤਲਾਬ ਨੂੰ ਬਣਤੀ ਹੈ ਇੱਥੇ ਪਾਣੀ ਇੱਕ ਉੱਪਰ ਵੀ ਆਇਆ ਮੁਲਾਕਾਤ ਹੋਸੀ। ਤਬ ਤੱਕ ਆਪਣੇ ਪਿਆਰਿਆਂ ਨਾਲ ਬਹੁਤ ਸਾਰਾ ਖਿਆਲ ਰੱਖਿਆ, ਦੁਆ ਵਿੱਚ ਅਸਾਂ ਕੀ ਵੀ ਯਾਦ ਰੱਖਿਆ।